ਇੱਕ ਇੰਡੀਅਨ ਸਟੂਡੈਂਟ ਜਿਸ ਦੀ ਐਕਸੀਡੈਂਟ ਦੇ ਵਿੱਚ ਮੌਤ ਹੋਈ ਹੈ ਯੂਐਸ ਦੇ ਵਿੱਚ ਉਸ ਦੇ ਵਾਸਤੇ ਇੱਕ ਜਿਹੜੀ ਹੈ ਪ੍ਰੋਬ ਲਾਂਚ ਕੀਤੀ ਗਈ ਹੈ ਇਹ 23 ਸਾਲ ਦੀ ਇੰਡੀਅਨ ਸਟੂਡੈਂਟ ਸੀਗੀ ਜਿਹੜੀ ਸੈਟਲ ਦੇ ਵਿੱਚ ਪੜ ਰਹੀ ਸੀਗੀ ਔਰ ਸੈਟਲ ਪੁਲਿਸ ਦੇ ਕਰੂਜ਼ਰ ਦੇ ਨਾਲ ਹੀ ਟਕਰਾ ਕੇ ਇਸ ਦੀ ਜਿਹੜੀ ਮੌਤ ਹੋਈ ਹੈ ਔਰ ਇਸ ਦੀ ਇੱਕ ਵੀਡੀਓ ਜਿਹੜੀ ਹੈ ਉਹ ਹਾਲਾਂਕਿ ਪੁਲਿਸ ਨੇ ਆਪਣੇ ਆਪ ਹੀ ਹੁਣ ਰਿਲੀਜ਼ ਕੀਤੀ ਹੈ ਇਹ ਇੱਕ ਆਫੀਸਰ ਸੀਗਾ ਜਿਸ ਦਾ ਆਪਣਾ ਬੋਡੀ ਕੈਮਰਾ ਸੀਗਾ ਔਰ ਉਸ ਦੇ ਵਿੱਚ ਜਿਸ ਤੁਰੰਤ ਥੋੜੀ ਦੇਰ ਬਾਅਦ ਜਿਸ ਤਰ੍ਹਾਂ ਹੀ ਇਸ ਬੱਚੇ ਦੀ ਇਸ ਲੜਕੀ ਦੀ ਮੌਤ ਹੋਈ ਹੈ ਤੋ ਬਾਅਦ ਇਹ ਪੁਲਿਸ ਆਫੀਸਰ ਜਿਹੜਾ ਹੈ ਆਪਣੀ ਬੋਡੀ ਕੈਮਰਾ ਦੇ ਉੱਪਰ ਹੱਸਦਾ ਹੋਇਆ ਨਜ਼ਰ ਆਇਆ ਮਜ਼ਾਕ ਕਰਦਾ ਹੋਇਆ ਨਜ਼ਰ ਆਇਆ ਕਿ ਇੱਕ ਇੰਡੀਅਨ 오ਰੇਂਜਨ ਦੀ ਜਿਹੜੀ ਔਰਤ ਸੀਗੀ ਜਿਹੜੀ ਇੱਕ ਹੋਰ ਪੁਲਿਸ ਪੈਟਰੋਲ ਦੇ ਵਹੀਕਲ ਦੇ ਨਾਲ ਮਾਰੀ ਗਈ ਹੈ ਔਰ ਜਨਵਰੀ ਦੀ ਘਟਨਾ ਹੈ ਇਸ ਸਾਲ ਦੀ ਔਰ ਇਹ ਜਿਹੜੀ ਵੀਡੀਓ ਹੈ ਰਿਲੀਜ਼ ਕੀਤੀ ਗਈ ਹੈ ਜਿਸ ਦੇ ਵਿੱਚ ਦੇਖਿਆ ਗਿਆ ਹੈ ਕਿ ਡਿਸਕਸ ਕਰ ਰਿਹਾ ਹੈ ਕਿ ਇਹ ਘਟਨਾ ਕਿਸ ਤਰ੍ਹਾਂ ਘਟੀ ਹੈ ਔਰ ਐਕਸੀਡੈਂਟ ਜਿਹੜਾ ਹੋਇਆ ਹੈ ਇਹ ਅਸਲ ਦੇ ਵਿੱਚ ਇੱਕ ਗ੍ਰੈਜੂਏਟ ਸਟੂਡੈਂਟ ਸੀਗੀ ਜਾਨਵੀ ਕੰਡੂਲਾ ਜਿਹੜੀ ਕਿ ਉਸ ਦੇ ਕੁਲੀਗ ਦੇ ਵੱਲੋਂ ਮਾਰੀ ਗਈ ਹੈ ਔਰ ਜਿਹੜਾ ਮਾਰਨ ਵਾਲਾ ਸੀ ਚਲਾ ਰਿਹਾ ਸੀਗਾ ਆਫੀਸਰ ਕੈਵਨ ਡੇਵ ਸੀਗਾ ਤੇ 21 ਜਨਵਰੀ ਦੀ ਘਟਨਾ ਹੈਗੀ ਹੈ ਔਰ 23 ਸਾਲ ਦੀ ਹੈ ਸਟੂਡੈਂਟ ਜਿਹੜੀ ਕਿ ਮਾਸਟਰ ਸਟੂਡੈਂਟ ਸੀਗੀ ਨਾਰਥਰਨ ਈਸਟ ਯੂਨੀਵਰਸਿਟੀ ਜਿਹੜੀ ਸੈਟਲ ਕੈਂਪਸ ਦੇ ਵਿੱਚ ਸੀਗੀ ਔਰ ਸੈਟਲ ਪੁਲਿਸ ਆਫੀਸਰਸ ਨੇ ਜਿਹੜੀ ਹੈ ਇਹ ਹੁਣ ਵੀਡੀਓ ਜਿਹੜੀ ਰਿਲੀਜ਼ ਕਰ ਦਿੱਤੀ ਹੈ ਔਰ ਇਸ ਵੀਡੀਓ ਦੇ ਵਿੱਚ ਦੇਖਿਆ ਗਿਆ ਹੈ ਕਿ ਇਹ ਜਿਹੜਾ ਪੁਲਿਸ ਆਫੀਸਰ ਸੀਗਾ ਇਹ ਜਿਹੜਾ ਗੱਲ ਕਰ ਰਿਹਾ ਹੈ ਕਾਲ ਦੇ ਵਿੱਚ ਔਰ ਗਿਲਡ ਦੇ ਜਿਹੜਾ ਪ੍ਰੈਜ਼ੀਡੈਂਟ ਹੈ ਉਸ ਦੇ ਨਾਲ ਗੱਲ ਕਰ ਰਿਹਾ ਔਰ ਇਹ ਕਹਿ ਰਿਹਾ ਹੈ ਕਿ ਇਹ ਮਰ ਗਈ ਹੈ ਸ਼ੀ ਇਜ਼ ਡੈਡ ਔਰ ਉਸ ਤੋਂ ਬਾਅਦ ਹਸਨ ਲੱਗ ਪੈਂਦਾ ਔਰ ਇਸ ਲੜਕੀ ਨੂੰ ਕਹਿੰਦਾ ਹੈ ਕਿ ਇੱਕ ਰੈਗੂਲਰ ਪਰਸਨ ਸੀ ਔਰ ਉਸ ਤੋਂ ਫਿਰ ਦੁਬਾਰਾ ਤੋਂ ਇਹ ਹੱਸ ਰਿਹਾ ਹੈ ਆਦਮੀ ਔਰ ਇਹ ਕਹਿ ਰਿਹਾ ਹਾਂ ਠੀਕ ਹੈ ਬਸ ਇੱਕ ਚੈੱਕ ਲਿਖ ਦੇ 11000 ਡਾਲਰ ਦਾ ਔਰ ਉਸ ਤੋਂ ਬਾਅਦ ਕਲਿੱਪ ਦੇ ਐਂਡ ਦੇ ਵਿੱਚ ਇਹ ਕਹਿ ਰਿਹਾ ਹੈ ਕਿ ਉਸ ਰੋਥ ਸ਼ੀ ਵਾਸ 26 ਐਨੀਵੇਜ਼ ਤਾਂ ਉਹਦੀ ਵੈਲਿਊ ਬੜੀ ਲਿਮਿਟਿਡ ਸੀਗੀ ਉਹਨੂੰ 26 ਸਾਲ ਦਾ ਕਹਿ ਕੇ ਕਿ ਉਹ ਸੀ ਬਹੁਤ ਘਟਾ ਲਿਓ ਸੀ ਕਿ ਜਦ ਕਿ ਉਸਦੀ ਏਜ ਵੀ ਵੈਸੇ 23 ਸਾਲ ਦੀ ਸੀਗੀ ਔਰ ਇਸ ਤਰ੍ਹਾਂ ਐਨਾ ਇਨਸੈਂਸਿਟਿਵ ਹੈ ਬੰਦਾ ਔਰ ਹੱਸ ਰਿਹਾ ਹੈ ਸੈਟਲ ਕਮਿਊਨਿਟੀ ਪੁਲਿਸ ਕਮਿਸ਼ਨ ਜਿਹੜੀ ਹੈਗੀ ਹੈ ਉਹਨਾਂ ਨੇ ਇੱਕ ਸਟੇਟਮੈਂਟ ਇਸ਼ੂ ਕੀਤੀ ਹੈ ਇਸ ਵੀਡੀਓ ਦੇ ਰਿਲੀਜ਼ ਹੋਣ ਤੋਂ ਬਾਅਦ ਔਰ ਉਹਨਾਂ ਨੇ ਖੁਦ ਵੀਡੀਓ ਰਿਲੀਜ਼ ਕੀਤੀ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਇਹ ਜਿਹੜੀ ਗੱਲਬਾਤ ਹੋਈ ਹੈ ਮਿਸਟਰ ਆਰਡਰਰ ਔਰ ਉਹਨਾਂ ਦੇ ਕੁਲੀਗ ਦੇ ਵਿੱਚ ਇਹ ਆਰਡਰਰ ਇਹ ਸਾਰੀ ਗੱਲਾਂ ਕਹਿ ਰਿਹਾ ਹੈ ਔਰ ਉਸ ਦੇ ਕੁਲੀਗ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਇਹ ਬਹੁਤ ਜ਼ਿਆਦਾ ਹਾਰਟ ਬ੍ਰੇਕਿੰਗ ਹੈਗੀ ਹੈ ਬੜੀ ਸ਼ੌਕਿੰਗ ਹੈ ਬਹੁਤ ਇਨਸੈਂਸ ਉਹਨਾਂ ਨੂੰ ਪੁਲਿਸ ਡਿਪਾਰਟਮੈਂਟ ਤੋਂ ਬੈਟਰ ਸਰਵਿਸਿਜ਼ ਮਿਲਣੇ ਚਾਹੀਦੇ ਆ ਕਿਉਂਕਿ ਇਹ ਪੁਲਿਸ ਡਿਪਾਰਟਮੈਂਟ ਜਿਹੜਾ ਹੈ ਉਸ ਤੇ ਉੱਪਰ ਲੋਕਾਂ ਨੂੰ ਭਰੋਸਾ ਹੁੰਦਾ ਹੈ ਕਮਿਊਨਿਟੀ ਨੂੰ ਭਰੋਸਾ ਹੁੰਦਾ ਹੈ ਔਰ ਪਬਲਿਕ ਸੇਫਟੀ ਵਾਸਤੇ ਹੁੰਦਾ ਹੈ ਤੇ ਇਸ ਗੱਲ ਦੀ ਪੂਰੀ ਜਿਹੜੀ ਸਿਨਾਰਕਤ ਕੀਤੀ ਜਾਏਗੀ ਔਰ ਟਰਾਂਸਪੈਰੈਂਸੀ ਕਰਕੇ ਇਹ ਵੀਡੀਓ ਜਿਹੜੀ ਹੈ ਪੁਲਿਸ ਨੇ ਰਿਲੀਜ਼ ਕਰ ਦਿੱਤੀ ਹੈ ਔਰ ਅਸਲ ਦੇ ਵਿੱਚ ਇਹ ਬੱਚੀ ਜਿਹੜੀ ਹੈ ਇਹ ਲੜਕੀ ਕ੍ਰੋਸਵੌਕ ਪਾਰਕ ਤੋਂ ਜਿਹੜੀ ਹੈ ਸੜਕ ਜਿਹੜੀ ਕ੍ਰੋਸ ਕਰ ਰਹੀ ਸੀਗੀ ਤੇ ਜਦੋਂ ਇਹ ਆਫੀਸਰ ਡੇਵ ਨੇ 74 ਕਿਲੋਮੀਟਰ ਪਰ ਆਵਰ ਦੀ ਰਫਤਾਰ ਦੇ ਨਾਲ ਇਹਦੇ ਉੱਪਰ ਗੱਡੀ ਜਿਹੜੀ ਝੜਾ ਦਿੱਤੀ ਔਰ ਬਲੰਟ ਫੋਰਸ ਇੰਜਰੀਜ਼ ਇਸ ਨੂੰ ਆਈਆਂ ਬਹੁਤ ਸਾਰੀਆਂ ਔਰ ਉਸ ਤਰ੍ਹਾਂ ਕਰਕੇ ਇਸ ਦੀ ਜਿਹੜੀ ਮੌਤ ਹੋ ਗਈ ਹੈ ਪਰ ਜਿਹੜਾ ਐਕਸੀਡੈਂਟ ਹੋਇਆ ਹੈ ਪਹਿਲੀ ਗੱਲ ਤੇ ਪੁਲਿਸ ਕਰੂਜ਼ਰ ਨੇ ਹੀ ਮਾਰ ਦਿੱਤਾ ਔਰ ਕ੍ਰੋਸ ਵਾਕ ਤੇ ਚੱਲ ਰਹੀ ਹੈ ਇਹ ਲੜਕੀ ਔਰ ਉਸ ਤੋਂ ਬਾਅਦ ਜਿਹੜਾ ਇਹਨਾ ਇਨਸੈਂਸਿਟਿਵ ਔਰ ਇਹਨਾ ਮਜ਼ਾਕ ਕਰ ਰਿਹਾ ਹੱਸ ਰਿਹਾ ਹੈ ਇਹ ਬੜੀ ਗੱਲ ਜਿਹੜੀ ਹੈ ਇਹ ਦਿਲ ਦੁਖਾਨ ਵਾਲੀ ਆ ਔਰ ਬਹੁਤ ਜ਼ਿਆਦਾ ਇਸ ਦੇ ਨਾਲ ਜਿਹੜਾ ਹੈ ਪਤਾ ਚੱਲ ਰਿਹਾ ਹੈ ਕਿ ਕਿੰਨੇ ਕੁ ਰੈਸਿਸਟ ਇਹ ਲੋਕ ਹੈਗੇ ਨੇ